जहाँ बरकतें मिलती हैं, जहाँ बरकतें मिलती हैं, आओ खुदावन के घर चले। जहाँ नेमतें मिलती हैं, जहाँ नेमतें मिलती हैं, आओ खुदावन के घर चले। जीवन है तो रास्ता है, तो सच है खुदा है। जीवन है तो रास्ता है, तू ही तो सच है खुदा है। तेरा वादा छोड़ूंगा ना मैं, ना ही मैं त्यागूंगा। है तेरा वादा छोड़ूंगा ना मैं, ना ही मैं त्यागूंगा। फिर तू बता कैसे कह दूं, ये सुख मुझसे जुदा है। फिर तू बता कैसे कह दूं, ये सुख मुझसे जुदा है। जीवन है तू रास्ता है, तू ही तो सच है खुदा है। हाँ तू ही तो सच है खुदा है, तू ही तो सच है खुदा है। बाप दे बेटे दे रूह पाक दे नाम ते आमीन। साढ़े प्रभु येसु मसीह दा फसल खुदा बाप दा प्रेम दे रूह पाक दे सांग तुहाडे नाल होवे अते तुहाडी रूह नाल भी होवे। आज पाक मकलीसिया महान संत ग्रिगोरी पोप और कलीसिया दे विद्वान दी ईद मना रहा हम। महान ग्रिगरी एक अमीर परिवार विच रोम विच उसकी जन्म होया। उसका परिवार उन्होंने माँ पिता और परिवार का बाकी मैंबर लोग भी रोमा सम्राट की सेवा विच सी। वो सारे इस दुनिया की चीज़ों के पीछे चलने वाला सी, लड़ाई करन दे लई और उसरे देश दे नाल चढ़ाई करन लई हमेशा जानते सी। पर उन्हां दी माँ बहुत
ਖੁਦਾ ਉੱਤੇ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰਨ ਵਾਲੇ ਸੀ। ਉਹ ਹਮੇਸ਼ਾ ਖੁਦਾ ਦੇ ਅੱਗੇ ਇਹੀ ਪ੍ਰਾਰਥਨਾ ਕਰਦੇ ਸੀ। ਉਹਨਾਂ ਦਾ ਬੱਚੇ ਲੋਕ ਇਸ ਰਾਹ ਛੱਡ ਕੇ ਖੁਦਾ ਦੀ ਰਾਹ ਵਿੱਚ ਆਉਣ ਦੇ ਲਈ ਉਹਨਾਂ ਨੇ ਹਮੇਸ਼ਾ ਪ੍ਰਾਰਥਨਾ ਕਰਦੇ ਸੀ। ਇਸੇ ਕਾਰਨ ਗ੍ਰਿਗਰੀ ਦਾ ਮਨ ਵਿੱਚ ਖੁਦਾ ਦੀ ਕਿਰਪਾ ਨਾਲ ਇੱਕ ਵਿਚਾਰ ਆਇਆ, ਮੈਂ ਵੀ ਖੁਦਾ ਦੀ ਸੇਵਾ ਕਰਨਾ ਹੈ। ਇਸ ਲਈ ਉਸਨੇ ਖੁਦਾ ਦੀ ਰਾਹ ਵਿੱਚ ਚੱਲਣ ਲਈ, ਖੁਦਾ ਦੀ ਸੇਵਾ ਕਰਨ ਲਈ ਅੱਗੇ ਆਇਆ। ਉਸਦਾ ਪੜ੍ਹਾਈ ਦੇ ਬਾਅਦ ਉਸਨੇ ਫਾਦਰ ਜੀ ਬਣ ਗਿਆ। ਫਾਦਰ ਜੀ ਬਣ ਕੇ ਉਸਨੇ ਹਮੇਸ਼ਾ ਸਿੱਖਿਆ ਦੇਣ ਦੇ ਵਿੱਚ, ਸਹੀ ਸਿੱਖਿਆ ਦੇਣ ਦੇ ਵਿੱਚ ਉਹ ਹਮੇਸ਼ਾ ਉਤਸੁਕ ਸੀ। ਔਰ ਇਸ ਤਰ੍ਹਾਂ ਜੀਵਨ ਦਾ ਸਮਾਂ ਉਹਨਾਂ ਨੇ ਇੱਕ ਆਸ਼ਰਮ ਸ਼ੁਰੂ ਕੀਆ। ਉਹ ਆਸ਼ਰਮ ਵਿੱਚ ਹੋਰ ਵੀ ਬਹੁਤ ਸਾਰੇ ਨੌਜਵਾਨ ਮੈਂਬਰ ਬਣ ਗਿਆ ਹੈ। ਉੱਥੇ ਉਹਨਾਂ ਨੇ ਸਾਰੇ ਨੌਜਵਾਨਾਂ ਨੂੰ ਬਹੁਤ ਅੱਛਾ ਸਿੱਖਿਆ ਦਿਆ ਹੈ। ਔਰ ਉਸਨੇ ਇੱਕ ਗੀਤ ਗਾਣੇ ਕਾ ਇੱਕ ਸਪੈਸ਼ਲ ਤਰੀਕਾ ਵੀ ਸ਼ੁਰੂ ਕੀਆ। ਅੱਜ ਵੀ ਉਸਨੂੰ ਗ੍ਰਿਗੋਰੀਅਨ ਚਾਂਡ ਦੱਸਦਾ ਹੈ। ਉਹ ਬਹੁਤ ਸੁੰਦਰ ਹੈ, ਸੁਣਨ ਦੇ ਲਈ ਵੀ ਉਹ ਸਾਨੂੰ ਖੁਦਾਵਲ ਸਾਡਾ ਦਿਲ ਨੂੰ ਮਨ ਨੂੰ ਉਡਾਉਣ ਲਈ ਬਹੁਤ ਮਦਦ ਕਰਦਾ ਹੈ। ਇਸਨੇ ਉਹ ਸਾਰੇ ਸੰਨਿਆਸੀ ਜੋ ਕੋਈ ਉਧਰ ਆਸ਼ਰਮ ਵਿੱਚ ਸੀ ਉਹਨਾਂ ਦੇ ਨਾਲ ਹਰ ਦਿਨ ਇਹ ਗੀਤ ਗਾ ਕੇ ਖੁਦਾ ਦੀ ਵਡਿਆਈ ਕਰਦੇ ਸੀ। ਬਾਅਦ ਵਿੱਚ ਉਹ ਉਧਰ ਦੀ ਬਿਸ਼ਪ ਬਣ ਗਿਆ। ਬਿਸ਼ਪ ਬਣਨ ਦੇ ਬਾਅਦ ਉਹ ਪੋਪ ਵੀ ਬਣ ਗਿਆ ਹੈ। ਉਸਦਾ ਸਮੇਂ ਵਿੱਚ ਬਹੁਤ ਸਾਰੇ ਪਰੇਸ਼ਾਨੀ ਸੀ, ਲੜਾਈ ਸੀ, ਦੂਸਰਾ ਕੌਮ ਦੇ ਲੋਕ ਆ ਕੇ ਰੋਮ ਦੇ ਵਿਰੁੱਧ ਲੜਾਈ ਕੀਆ ਹੈ। ਉਸ ਸਮੇਂ ਸੰਤ ਪਾਪਾ ਖੁਦਾ ਦੇ ਅੱਗੇ ਪ੍ਰਾਰਥਨਾ ਕਰਨ ਦੇ ਰਾਹੀਂ ਉਹ ਦੁਸ਼ਮਣਾਂ ਦਾ ਹੱਥ ਵਿੱਚੋਂ ਰੋਮ ਬਿੱਜ ਗਿਆ ਹੈ। ਫਿਰ ਵੀ ਉੱਧਰ ਕਈ ਵਾਰ ਕਈ ਬੜਾ ਬਾੜ ਦੇ ਕਾਰਨ ਔਰ ਬਹੁਤ ਇਸੇ ਤਰ੍ਹਾਂ ਦਾ ਪਰੇਸ਼ਾਨੀ ਦੇ ਕਾਰਨ ਬਹੁਤ ਨਸ਼ਟ ਹੋ ਗਿਆ। ਉਹਨਾਂ ਦਾ ਆਸ਼ਰਮ ਵਿੱਚ ਵੀ ਬਹੁਤ ਨਸ਼ਟ ਹੋ ਗਿਆ ਹੈ। ਫਿਰ ਵੀ ਉਸਨੇ ਖੁਦਾ ਉੱਤੇ ਭਰੋਸਾ ਰੱਖ ਕੇ ਹਮੇਸ਼ਾ ਜੀਆ। ਔਰ ਸੰਤ ਪਾਪਾ ਇਸ ਪਾਪਾ ਤੋਂ ਪਹਿਲੇ ਅਸਲੀ ਵਿੱਚ ਪਾਪਾ ਦੇ ਲਈ ਕੋਈ ਇੱਕ ਪੱਕਾ ਜਗ੍ਹਾ ਨਹੀਂ ਸੀ। ਇਸਨੇ ਰੋਮ ਵਿੱਚ ਉਹ ਇੱਕ ਪੱਕਾ ਜਗ੍ਹਾ ਸੰਤ ਪਾਪਾ ਦੇ ਲਈ ਸ਼ੁਰੂ ਕੀਆ ਹੈ। ਔਰ ਉਸਨੇ ਉਸਦਾ ਸਿੱਖਿਆ ਦੇ ਰਾਹੀਂ, ਪ੍ਰਾਰਥਨਾ ਦੇ ਰਾਹੀਂ, ਸੇਵਾ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਖੁਦਾ ਵੱਲ ਲਿਆਇਆ ਹੈ। ਉਹ ਗਰੀਬਾਂ ਦਾ ਬਹੁਤ ਸੇਵਾ ਕਰਦੇ ਸੀ ਔਰ ਹਰ ਲੋਕਾਂ ਨੂੰ ਅੱਛਾ ਸਿੱਖਿਆ ਦੇ ਕੇ ਉਹਨਾਂ ਨੂੰ ਖੁਦਾ ਵੱਲ ਲਿਆਉਣ ਦੇ ਵਿੱਚ ਬਹੁਤ ਮਦਦ ਵੀ ਕਰਦੇ ਸੀ, ਬਹੁਤ ਪ੍ਰਯਤਨ ਵੀ ਕਰਦੇ ਸੀ। ਇਸ ਲਈ ਅਸੀਂ ਅੱਜ ਸੰਤ ਗ੍ਰਿਗੋਰੀ ਦਾ ਈਦ ਮਨਾਉਣ ਦਾ ਸਮਾਂ ਅਸੀਂ ਵੀ ਉਸ ਮਹਾਨ ਸੰਤ ਜੈਸੇ ਜੀਵਨ ਦੇ ਲਈ ਖੁਦਾ ਵੱਲ ਆਪਣਾ ਅੱਖਾਂ ਉਠਾ ਕੇ ਉਹ ਖੁਦਾ ਦੀ ਯੋਜਨਾ ਕੁਛ ਵੀ ਹੋਵੇ ਉਹ ਕਰਨ ਦੇ ਲਈ ਅਸੀਂ ਵੀ ਤਿਆਰ ਹੋ ਜਾਈਏ। ਫਿਰ ਸਾਡਾ ਜ਼ਿੰਦਗੀ ਵਿੱਚ ਖੁਦਾ ਦੀ ਕਿਰਪਾ ਨਾਲ ਹਮੇਸ਼ਾ ਚੰਗਾ ਕੰਮ ਕਰਨ ਲਈ, ਖੁਦਾ ਦੀ ਸੇਵਾ ਚੰਗੀ ਤਰ੍ਹਾਂ ਕਰਨ ਲਈ ਕਿਰਪਾ ਮਿਲੇਗਾ।
ਅਵਸੀ ਮਹਾਨ ਸੰਤ ਗ੍ਰਿਗੋਰੀ ਦੇ ਰਾਹੀਂ ਅਸੀਂ ਵੀ ਪ੍ਰਾਰਥਨਾ ਕਰੀਏ ਸਾਡਾ ਜ਼ਿੰਦਗੀ ਵਿੱਚ ਵੀ ਅਸੀਂ ਹਮੇਸ਼ਾ ਖੁਦਾ ਦੀ ਸੇਵਾ ਵਿੱਚ ਪੂਰੀ ਤਰ੍ਹਾਂ ਲੀਨ ਹੋਣ ਦੇ ਲਈ ਖੁਦਾ ਦੀ ਮਰਜ਼ੀ ਅਨੁਸਾਰ ਜੀਵਨ ਲਈ ਪ੍ਰਾਰਥਨਾ ਵੀ ਕਰੀਏ। ਆਓ ਅਸੀਂ ਆਪਣਾ ਹਰੇਕ ਬੁਰਾਈ ਨੂੰ ਛੱਡਣ ਲਈ ਤਿਆਰ ਹੋ ਜਾਈਏ। ਖੁਦਾ ਦਾ ਇੱਛਾ ਹੈ ਅਸੀਂ ਸਾਰੇ ਮਹਾਨ ਬਣਨਾ, ਅਸੀਂ ਖੁਦਾ ਦੇ ਰਾਜ ਦੇ ਯੋਗ ਬਣਨਾ, ਪਰ ਸਾਡਾ ਪਾਪ ਸਾਨੂੰ ਇਸ ਦੇ ਲਈ ਰੁਕਾਵਟ ਹੈ। ਸਿਰ ਅਸੀਂ ਆਪਣਾ ਹਰੇਕ ਪਾਪਾਂ ਨੂੰ ਛੱਡਣ ਲਈ ਤਿਆਰ ਹੋ ਜਾਈਏ ਔਰ ਆਪਣਾ ਹਰ ਪਾਪਾਂ ਦੇ ਬਾਰੇ ਸੱਚੇ ਦਿਲ ਤੋਂ ਪਸ਼ਚਾਤਾਪ ਕਰਕੇ ਖੁਦਾ ਕੋਲੋਂ ਮਾਫ਼ੀ ਵੀ ਮੰਗੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪਿਆਰ ਤੇ ਪੈਣੋ ਕਿ ਮੈਂ ਸੋਚ ਨਾਲ ਬੋਲਣ ਨਾਲ ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ ਤੇ ਆਪਣੇ ਦੋਸ਼ ਦੇ ਨਾਲ ਆਪਣੇ ਦੋਸ਼ ਦੇ ਨਾਲ ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ ਇਸ ਲਈ ਮੈਂ ਤਨ ਸਦਾ ਕੁਆਰੀ ਮਰੀਮ ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਅਸੀਂ ਪ੍ਰਾਰਥਨਾ ਕਰੀਏ। ਇਹ ਖੁਦਾ ਤੂੰ ਆਪਣੇ ਪਿਆਰ ਦੀ ਸ਼ਕਤੀ ਨਾਲ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ। ਪੋਪ ਮਹਾਨ ਸੰਤ ਗ੍ਰਿਗੋਰੀ ਦੀ ਸਿਫਾਰਿਸ਼ ਰਾਹੀਂ ਆਪਣੀ ਦਾਨਾਈ ਦੇ ਰੂਹ ਨਾਲ ਉਹਨਾਂ ਨੂੰ ਫਰਦੇ ਜਿਨ੍ਹਾਂ ਨੂੰ ਤੂੰ ਕਲੀਸੀਆ ਵਿੱਚ ਆਪਣੇ ਇੱਜ਼ਤ ਦੀ ਦੇਖਭਾਲ ਅਤੇ ਅਗਵਾਈ ਦੀ ਜ਼ਿੰਮੇਵਾਰੀ ਦਿੱਤੀ ਹੈ। ਬਖਸ਼ ਦੇ ਕਿ ਤੇਰੇ ਇਮਾਨਦਾਰਾਂ ਦਾ ਵਧਣਾ ਫੁੱਲਣਾ ਅਜਾਲੀ ਦੀ ਸਦੀ ਵੀ ਖੁਸ਼ੀ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀ ਜੋ ਤੇਰੇ ਨਾਲ ਰੂਬਾਗ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੂੰ ਸਦਾ ਤੀ ਕਰ ਆਮੀਨ। ਅੱਜ ਦਾ ਪਾਠ ਕੁਰੰਥੀਆਂ ਦੇ ਨਾਮ ਸੰਤ ਪੌਲਸ ਦਾ ਪਹਿਲਾ ਪੱਤਰ ਉਸ ਦਾ 2:10-16 ਆਇਤ ਤੱਕ। ਖੁਦਾ ਨੇ ਉਹ ਆਪਣੇ ਰੂਹ ਪਾਕ ਦੀ ਮਾਰਫਤ ਸਾਡੇ ਉੱਤੇ ਪ੍ਰਗਟ ਕੀਤਾ ਹੈ ਕਿਉਂਕਿ ਰੂਹ ਸਭ ਕੁਝ ਦੀ ਜਾਂਚ ਕਰਦਾ ਹੈ, ਇੱਥੋਂ ਤੱਕ ਕਿ ਖੁਦਾ ਦੀਆਂ ਡੁੰਘਿਆਈਆਂ ਦੀ ਵੀ, ਕਿਉਂਕਿ ਕਿਹੜਾ ਮਨੁੱਖੀ ਪ੍ਰਾਣੀ ਜਾਣਦਾ ਹੈ ਕਿ ਸੱਚ ਵਿੱਚ ਮਨੁੱਖ ਦਾ ਵਿਚਾਰ ਕੀ ਹੈ ਸਿਵਾਏ ਉਸ ਰੂਹ ਦੇ ਜੋ ਮਨੁੱਖ ਦੇ ਅੰਦਰ ਹੈ। ਇਸੇ ਤਰ੍ਹਾਂ ਖੁਦਾ ਦੇ ਰੂਹ ਪਾਕ ਤੋਂ ਇਲਾਵਾ ਕੋਈ ਵੀ ਸੱਚ ਵਿੱਚ ਇਹ ਨਹੀਂ ਸਮਝ ਸਕਦਾ ਕਿ ਖੁਦਾ ਦਾ ਸੁਭਾਅ ਕੀ ਹੈ। ਹੁਣ ਸਾਨੂੰ ਸੰਸਾਰ ਦਾ ਰੂਹ ਨਹੀਂ ਸਗੋਂ ਉਹ ਰੂਹ ਮਿਲਿਆ ਹੈ ਜੋ ਖੁਦਾ ਵੱਲੋਂ ਹੈ, ਤਾਂ ਜੋ ਅਸੀਂ ਖੁਦਾ ਵੱਲੋਂ ਬਖਸ਼ੇ ਗਏ ਵਰਦਾਨਾਂ ਨੂੰ ਪਛਾਣ ਸਕੀਏ। ਅਸੀਂ ਉਹਨਾਂ ਵਰਦਾਨਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੀ ਸਿੱਖਿਆ ਮਨੁੱਖੀ ਗਿਆਨ ਦਿਆਂ ਸ਼ਬਦਾਂ ਵਿੱਚ ਨਹੀਂ ਸਗੋਂ ਰੂਹ ਪਾਕ ਦੇ ਸਿਖਾਏ ਸ਼ਬਦਾਂ ਵਿੱਚ ਦਿੱਤੀ ਗਈ ਹੈ।
ਅਤੇ ਅਸੀਂ ਉਹਨਾਂ ਵਾਸਤੇ ਜਿਨ੍ਹਾਂ ਨੂੰ ਖੁਦਾ ਦਾ ਰੂਹ ਮਿਲਿਆ ਹੈ ਰੂਹਾਨੀ ਸੱਚਾਈਆਂ ਦੀ ਵਿਆਖਿਆ ਕਰਦੇ ਹਾਂ। ਖੁਦਾ ਦੇ ਰੂਹ ਤੋਂ ਵਾਂਝੇ ਮਨੁੱਖ ਖੁਦਾ ਦੇ ਰੂਹ ਪਾਕ ਦੇ ਵਰਦਾਨ ਨੂੰ ਸਵੀਕਾਰ ਨਹੀਂ ਕਰਦੇ ਕਿਉਂਕਿ ਉਹ ਉਹਨਾਂ ਲਈ ਮੂਰਖਤਾ ਹਨ ਅਤੇ ਉਹ ਇਹਨਾਂ ਨੂੰ ਨਹੀਂ ਸਮਝ ਸਕਦੇ ਕਿਉਂਕਿ ਇਹ ਰੂਹ ਦੀ ਸਹਾਇਤਾ ਨਾਲ ਸਮਝੇ ਜਾਂਦੇ ਹਨ। ਜੋ ਰੂਹਾਨੀ ਹਨ ਉਹ ਸਭ ਗੱਲਾਂ ਦੀ ਜਾਂਚ ਕਰਦੇ ਹਨ ਪਰ ਉਹਨਾਂ ਦੀ ਆਪਣੀ ਜਾਂਚ ਕੋਈ ਹੋਰ ਨਹੀਂ ਕਰ ਸਕਦਾ ਕਿਉਂਕਿ ਲਿਖਿਆ ਹੈ ਪ੍ਰਭੂ ਦਾ ਮਨ ਕੌਣ ਜਾਣ ਸਕਦਾ ਹੈ ਕਿ ਉਹ ਉਸ ਨੂੰ ਨਿਰਦੇਸ਼ ਦੇ ਸਕੇ। ਪਰ ਸਾਨੂੰ ਤਾਂ ਮਸੀਹ ਦਾ ਮਨ ਮਿਲਿਆ ਹੋਇਆ ਹੈ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਖੁਦਾਵੰਦ ਨੂੰ ਡੇਕਦੀ ਰਹਿ ਆਰਾਮ ਨਾਲ ਮੇਰੀ ਜਾਨ। ਖੁਦਾਵੰਦ ਨੂੰ ਡੇਕਦੀ ਰਹਿ ਆਰਾਮ ਨਾਲ ਮੇਰੀ ਜਾਨ। ਕਿਉਂ ਤੂੰ ਮੇਰੀ ਹੈ ਨਜਾ ਉਹ ਮੇਰੀ ਹੈ ਚੱਟਾਂ। ਕਿਉਂ ਤੋਂ ਮੇਰੀ ਹੈ ਉਮੀਦ ਮੇਰੀ ਹੈ ਚੱਟਾਂ। ਖੁਦਾਵੰਦ ਨੂੰ ਡੇਕਦੀ ਰਹਿ ਆਰਾਮ ਨਾਲ ਮੇਰੀ ਜਾਨ। ਕਿਉਂ ਤੋਂ ਮੇਰੀ ਚੱਟਾਂ।
ਪਾਕ ਖੁਦਾ ਮੈਨੂੰ ਦਿੰਦਾ ਏ ਦਲੇਰੀਆਂ, ਦਿੰਦਾ ਏ ਦਲੇਰੀਆਂ, ਤੇਰਾ ਵਚਨ ਮੇਰੇ ਪਾਕ ਖੁਦਾ ਮੈਨੂੰ ਦਿੰਦਾ ਏ ਦਲੇਰੀਆਂ, ਦਿੰਦਾ ਏ ਦਲੇਰੀਆਂ, ਤੇਰਾ ਵਚਨ ਮੈਨੂੰ ਪਾਕ ਖੁਦਾ ਮੈਨੂੰ ਦਿੰਦਾ ਏ ਦਲੇਰੀਆਂ, ਦਿੰਦਾ ਏ ਦਲੇਰੀਆਂ, ਪਿਆਸਾਂ ਦੀ ਆਸ ਹੈ, ਪਿਆਸਾਂ ਦੀ ਆਸ ਹੈ, ਨਿਰਭਲਾਂ ਦਾ ਜ਼ੋਰ ਹੈ, ਨਿਰਭਲਾਂ ਦਾ ਜ਼ੋਰ ਹੈ, ਤੇਰਾ ਵਚਨ ਮੇਰੇ ਪਾਕ ਖੁਦਾ ਮੈਨੂੰ ਦਿੰਦਾ ਏ ਦਲੇਰੀਆਂ, ਦਿੰਦਾ ਏ ਦਲੇਰੀਆਂ, ਤੇਰਾ ਵਚਨ ਮੇਰੇ ਪਾਕ ਖੁਦਾ ਮੈਨੂੰ ਦਿੰਦਾ ਏ ਦਲੇਰੀਆਂ, ਦਿੰਦਾ ਏ ਦਲੇਰੀਆਂ, ਦੁਆੜੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਲੂਕਾ ਦੇ ਅਨੁਸਾਰ, ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਹ ਗਲੀਲ ਦੇ ਇੱਕ ਸ਼ਹਿਰ ਕਫਰਨਾਉਮ ਵਿੱਚ ਆਇਆ। ਸ਼ਬਦ ਦੇ ਦਿਨ ਉਹ ਲੋਕਾਂ ਨੂੰ ਸਿੱਖਿਆ ਦਿੰਦਾ ਸੀ ਅਤੇ ਲੋਕ ਉਸਦੀ ਸਿੱਖਿਆ 'ਤੇ ਦੰਗ ਹੋ ਗਏ, ਕਿਉਂਕਿ ਉਹ ਅਧਿਕਾਰ ਨਾਲ ਬੋਲਦਾ ਸੀ। ਉੱਤੇ ਸਿਨਗੋਗ ਵਿੱਚ ਇੱਕ ਆਦਮੀ ਸੀ ਜਿਸ ਨੂੰ ਫੂਦ ਚਮੜਿਆ ਹੋਇਆ ਸੀ। ਉਸਨੇ ਉੱਚੀ ਆਵਾਜ਼ ਨਾਲ ਚੀਕ ਕੇ ਕਿਹਾ, ਹਾਓ ਸਾਨੂੰ ਛੱਡ ਦਿਓ, ਤੁਹਾਡਾ ਸਾਡੇ ਨਾਲ ਕੀ ਵਾਸਤਾ ਯਿਸੂ ਨਾਸਰੀ? ਕੀ ਤੁਸੀਂ ਸਾਡਾ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ, ਖੁਦਾ ਦੇ ਪਵਿੱਤਰ ਪੁਰਖ। ਪਰ ਯੇਸੂ ਨੇ ਇਹ ਆਖਦੇ ਹੋਏ ਉਸਨੂੰ ਡਾਂਡਿਆ, ਚੁੱਪ ਰਹੀ ਅਤੇ ਉਸਦੇ ਵਿੱਚੋਂ ਬਾਹਰ ਨਿਕਲਾ। ਫੂਦ ਨੇ ਉਸ ਆਦਮੀ ਨੂੰ ਉਹਨਾਂ ਦਰਮਿਆਨ ਪੜਕਾਇਆ ਦਿੱਤਾ ਅਤੇ ਉਸਦਾ ਕੋਈ ਨੁਕਸਾਨ ਕੀਤੇ ਬਿਨਾ ਉਸ ਵਿੱਚੋਂ ਨਿਕਲ ਗਿਆ। ਸਭ ਲੋਕ ਖੱਕੇ ਬੱਕੇ ਰਹਿ ਗਏ ਅਤੇ ਆਪੋ ਵਿੱਚ ਕਹਿਣ ਲੱਗੇ, ਇਹ ਕਿਹੋ ਜਿਹਾ ਵਚਨ ਹੈ? ਇਹ ਅਧਿਕਾਰ ਦੇ ਸ਼ਕਤੀ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿਕਲ ਜਾਂਦੀਆਂ ਹਨ। ਇਸ ਤਰ੍ਹਾਂ ਉਸ ਦੀ ਚਰਚਾ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਸਭ ਥਾਵਾਂ ਵਿੱਚ ਫੈਲ ਗਈ। ਪ੍ਰਭੂ ਦੀ ਪਵਿੱਤਰ ਅੰਜੀਲ, ਤੇਰੀ ਮਹਿਮਾ ਹੋਵੇ ਐ ਮਸੀਹਾ। ਅੰਜੀਲ ਦੇ ਸ਼ਬਦਾਂ ਦੇ ਰਾਹੀ ਸਾਡੇ ਪਾਪ ਮਿਟ ਜਾਣ, ਆਮੀਨ। ਮਸੀਹ ਵਿੱਚ ਮੇਰੇ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਮਹਾਨ ਸੰਤ ਗ੍ਰਿਗਰੀ ਦੀ ਈਦ ਮਨਾ ਰਿਹਾ ਹਾਂ। ਉਸਦਾ ਜ਼ਿੰਦਗੀ ਵਿੱਚ ਉਸਨੇ ਪੂਰੀ ਤਰ੍ਹਾਂ ਰੂਹ ਦੀ ਸ਼ਕਤੀ ਉੱਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਸੀ। ਇਸ ਲਈ ਰੂਹ ਦੀ ਅਗਵਾਈ ਹੇਠ ਉਹ ਹਮੇਸ਼ਾ ਜੀਆ ਹੈ। ਅੱਜ ਦੀ ਪਹਿਲਾ ਪਾਠ ਵਿੱਚੋਂ ਅਸੀਂ ਸੁਣਿਆ ਸੀ, ਰੂਹ ਸਭ ਕੁਛ ਦੀ ਜਾਂਚ ਕਰਦਾ ਹੈ।
ਉਹ ਰੂਹ ਹਰ ਇੱਕ ਦੇ ਅੰਦਰ ਗੁਨਾਨੁਮ ਕੀ ਕਰਨਾ ਕੀ ਨਹੀਂ ਕਰਨਾ ਇਹੀ ਪ੍ਰੇਰਣਾ ਦੇਤਾ ਹੈ। ਉਹ ਆਤਮਾ ਜਾਣਦਾ ਹੈ ਉਹ ਵਿਅਕਤੀ ਦੇ ਲਈ ਕੀ ਚੰਗਾ ਹੈ ਕੀ ਬੁਰਾ ਹੈ। ਆਤਮਾ ਦੀ ਆਵਾਜ਼ ਨੂੰ ਜੋ ਸੁਣਨ ਵਾਲਾ ਹੈ ਉਹਨਾਂ ਨੂੰ ਹਮੇਸ਼ਾ ਆਤਮਾ ਚੰਗੀ ਰਾਹ ਵਿੱਚ ਲੈ ਜਾਂਦਾ ਹੈ। ਉਹ ਆਤਮਾ ਮਨੁੱਖ ਦਾ ਹਰੇਕ ਵਿਚਾਰ ਜਾਣਦਾ ਹੈ। ਖੁਦਾ ਦੀ ਰੂਪਾਕ ਤੋਂ ਇਲਾਵਾ ਕੋਈ ਵੀ ਸੱਚ ਵਿੱਚ ਇਹ ਨਹੀਂ ਸਮਝ ਸਕਦਾ ਕਿ ਖੁਦਾ ਦਾ ਸੁਭਾਵ ਕੀ ਹੈ। ਖੁਦਾ ਦੀ ਸੁਭਾਵ ਜਾਣਨ ਵਾਲਾ ਦੇ ਅੰਦਰ ਜ਼ਰੂਰ ਪਵਿੱਤਰ ਆਤਮਾ ਦੀ ਸ਼ਕਤੀ ਹੋਣਗੀ। ਖੁਦਾ ਉਹਨਾਂ ਦੇ ਬਾਰੇ ਕੀ ਸੋਚਦਾ ਹੈ, ਉਹਨਾਂ ਦੇ ਬਾਰੇ ਕੀ ਯੋਜਨਾ ਹੈ ਉਹ ਸਮਝਦਾ ਹੈ। ਇਸ ਲਈ ਮਹਾਨ ਸੰਤ ਗ੍ਰਿਗਰੀ ਜੋ ਉਹਨਾਂ ਦੀ ਪਿਤਾ ਔਰ ਬਾਕੀ ਰਿਸ਼ਤੇਦਾਰਾਂ ਜੈਸੇ ਦੁਨਿਆਵੀ ਚੀਜ਼ਾਂ ਦੇ ਪਿੱਛੇ ਜਾਂਦੇ ਸੀ, ਪਰ ਆਤਮਾ ਦੀ ਪ੍ਰੇਰਣਾ ਜਬ ਮਿਲਿਆ ਹੈ ਉਹ ਇੱਕਦਮ ਆਤਮਾ ਵੱਲ ਆਇਆ ਹੈ ਔਰ ਆਤਮਾ ਦੀ ਪ੍ਰੇਰਣਾ ਅਨੁਸਾਰ ਚੱਲਣ ਦੇ ਲਈ ਤਿਆਰ ਹੋ ਗਿਆ। ਇਸ ਲਈ ਉਸਨੇ ਲੜਾਈ ਝਗੜਾ ਬਾਕੀ ਸਭ ਕੁਛ ਛੱਡ ਕੇ ਖੁਦਾ ਦੇ ਚਰਨੋਂ ਵਿੱਚ ਆ ਕੇ ਬੈਠਣ ਲਈ, ਖੁਦਾ ਦੇ ਅੱਗੇ ਪ੍ਰਾਰਥਨਾ ਕਰਨ ਲਈ, ਖੁਦਾ ਦੀ ਰਾਹ ਵਿੱਚ ਚੱਲਣ ਲਈ ਉਹ ਤਿਆਰ ਹੋ ਗਿਆ ਹੈ। ਇਸੇ ਕਾਰਨ ਉਹ ਬਾਅਦ ਵਿੱਚ ਫਾਦਰ ਜੀ ਬਣ ਗਿਆ, ਬਿਸ਼ਪ ਬਣ ਗਿਆ ਔਰ ਸੰਤ ਪਾਪਾ ਬਣ ਗਿਆ ਹੈ। ਉਹ ਹਰ ਸਮਾਂ ਉਹਨਾਂ ਦੀ ਪੂਰਾ ਭਰੋਸਾ ਖੁਦਾ ਉੱਤੇ ਸੀ ਔਰ ਹਮੇਸ਼ਾ ਰੂਹ ਦੀ ਅਗਵਾਈ ਹੇਠ ਜਿਉਂਦਾ ਸੀ। ਇਸੇ ਕਾਰਨ ਜਬ ਸੰਤ ਪਾਪਾ ਬਣ ਗਿਆ ਉਸ ਸਮੇਂ ਬਹੁਤ ਸਾਰੇ ਪਰੇਸ਼ਾਨੀ ਸੀ। ਉਹਨਾਂ ਦੇ ਸਮੇਂ ਵਿੱਚ ਰੋਮਾ ਸਾਮਰਾਜ ਖਤਮ ਹੋ ਗਿਆ ਹੈ, ਜੋ ਸੀਸਰ ਦਾ ਸਾਮਰਾਜ ਖਤਮ ਹੋ ਗਿਆ ਹੈ, ਇੱਕ ਨਵਾਂ ਸਾਮਰਾਜ ਸ਼ੁਰੂ ਹੋ ਗਿਆ ਹੈ ਔਰ ਉਸ ਵਿੱਚ ਈਸਾਈਆਂ ਨੂੰ ਆਜ਼ਾਦੀ ਮਿਲਿਆ ਹੈ। ਈਸਾਈਆਂ ਨੂੰ ਆਪਣਾ ਵਿਸ਼ਵਾਸ ਦੇ ਅਨੁਸਾਰ ਜੀਵਨ ਦੇ ਲਈ ਸ਼ਕਤੀ ਮਿਲਿਆ ਹੈ। ਇਸ ਲਈ ਅਸੀਂ ਸੰਤ ਗ੍ਰਿਗਰੀ ਦਾ ਈਦ ਮਨਾਉਣ ਦਾ ਸਮਾਂ ਉਹਨਾਂ ਜੈਸੇ ਜੀਵਨ ਦੇ ਲਈ, ਹਮੇਸ਼ਾ ਰੂਹ ਦੀ ਅਗਵਾਈ ਹੇਠ ਜੀਵਨ ਦੇ ਲਈ, ਖੁਦਾ ਦੀ ਪ੍ਰੇਰਣਾ ਅਨੁਸਾਰ ਜੀਵਨ ਦੇ ਲਈ ਅਸੀਂ ਪ੍ਰਯਤਨ ਕਰੀਏ। ਜਿਸ ਤਰ੍ਹਾਂ ਸੰਤ ਪਾਪਾ ਨੇ ਉਹਨਾਂ ਦੀ ਜ਼ਿੰਦਗੀ ਜੀਆ ਔਰ ਫਾਤਮਾ ਕਲੀਸੀਆ ਨੂੰ ਸਹੀ ਰਾਸਤੇ ਵਿੱਚ ਇੱਕ ਪਵਿੱਤਰ ਰਾਹ ਵਿੱਚ ਉਹਨਾਂ ਨੇ ਅੱਗੇ ਲੈ ਗਿਆ ਹੈ ਔਰ ਉਸਦਾ ਸਮਾਂ ਬਹੁਤ ਸਾਰੇ ਦੁਰਘਟਨਾਵਾਂ ਸੀ, ਪਰ ਉਹ ਸਾਰੇ ਦੁਰਘਟਨਾਵਾਂ ਦਾ ਸਮੇਂ ਵਿੱਚ ਵੀ ਉਸਨੇ ਖੁਦਾ ਉੱਤੇ ਭਰੋਸਾ ਰੱਖ ਕੇ ਖੁਦਾ ਦੀ ਹੱਥ ਵਿੱਚ ਸਭ ਕੁਛ ਸੌਂਪਿਆ। ਇਸੇ ਕਾਰਨ ਖੁਦਾ ਨੇ ਹਰ ਕੰਮ ਵਿੱਚ ਉਹਨਾਂ ਨੂੰ ਰਾਹ ਦਿਖਾਇਆ। ਉਸ ਰਾਹ ਵਿੱਚ ਸੰਤ ਪਾਪਾ ਚੱਲ ਕੇ ਉਸਨੇ ਪਾਕਮਾ ਕਲੀਸੀਆ ਨੂੰ ਸਹੀ ਰਾਹ ਵਿੱਚ ਲੈ ਗਿਆ ਹੈ। ਇਸ ਲਈ ਆਓ ਅਸੀਂ ਵੀ ਉਸਦਾ ਚੰਗਾ ਨਮੂਨਾ ਦੇਖੇ, ਉਸਦੇ ਅਨੁਸਾਰ ਜੀਵਨ ਦੇ ਲਈ ਪਵਿੱਤਰ ਆਤਮਾ ਦੀ ਪ੍ਰੇਰਣਾ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਲਈ ਅਸੀਂ ਵੀ ਤਿਆਰ ਹੋ ਜਾਈਏ।
मुझ में कोई खूबी नहीं, मुझ में कोई खूबी नहीं, मुझ में कोई खूबी नहीं, मुझ में कोई तेरे फजल से आया हूँ। टूटा समन रूअर बदन, टूटा समन रूअर बदन, दिल का चढ़ावा देने तुझे, दिल का चढ़ावा देने तुझे, तेरे भवन में आया हूँ। हालेलुया होसना, हालेलुया होसना, हालेलुया होसना, हालेलुया होसना। तुझको चढ़ाने आऊं जो है कुछ भी नहीं पास मेरे, तुझको चढ़ाने जो आऊं मैं, फिर भी ये दिल तुझको दिया, 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 जीवन भी देने आया हूँ। हालेलुया होसना, हालेलुया होसना, हाँ हालेलुया होसना, ਰਾਤ ਫਿਰਨ ਪ੍ਰਾਰਥਨਾ ਕਰੋ ਕਿ ਮੇਰੀ ਅਦਤ ਵਾੜੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਮਹਾਨ ਸੰਤ ਗ੍ਰਿਗਰੀ ਦੀ ਯਾਦ ਮਨਾਉਂਦਿਆਂ ਅਸੀਂ ਇਹ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਨਜਾਤ ਦੇ ਇਸ ਸਾਕਰਮੈਂਟ ਦਾ ਚੜਾਵਾ ਜੋ ਸਾਰੀ ਦੁਨੀਆਂ ਦੇ ਗੁਣਾਂ ਨੂੰ ਮਿਠਾ ਦਿੰਦਾ ਹੈ, ਆਪਣੇ ਲੋਕਾਂ ਵਿੱਚ ਨਜਾਤ ਦੀ ਖੁਸ਼ੀ ਲਿਆਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ, ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ, ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾਮ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਦੇ ਹਰ ਥਾਂ ਇਸ ਨੂੰ ਅਸੀਂ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਅੱਜ ਦੇ ਦਿਨ ਤੋਂ ਕਲੀਸਿਆ ਨੂੰ ਸੰਤ
ਮਹਾਨ ਗ੍ਰਿਗਰੀ ਦੀ ਯਾਦ ਵਿੱਚ ਖੁਸ਼ੀ ਦਿੰਦਾ ਹੈ। ਉਸਦੇ ਨੇਕ ਅਤੇ ਪਵਿੱਤਰ ਜੀਵਨ ਰਾਗੀ ਤੋਂ ਸਾਨੂੰ ਪ੍ਰੇਰਣਾ ਦਿੰਦਾ ਹੈ ਅਤੇ ਉਸਦੇ ਪ੍ਰਚਾਰ ਰਾਗੀ ਸਾਨੂੰ ਸਿੱਖਿਆ ਦਿੰਦਾ ਹੈ। ਉਸਦੀ ਪ੍ਰਾਰਥਨਾ ਦੇ ਜਵਾਬ ਵਜੋਂ ਤੋਂ ਸਾਡੀ ਮਦਦ ਅਤੇ ਰਖਵਾਲੀ ਕਰਦਾ ਹੈ। ਇਸ ਲਈ ਅਸੀਂ ਸੁਰਗ ਦੇ ਫਰਿਸ਼ਤਿਆਂ ਦੇ ਸੰਦਾਂ ਦੇ ਟਾਣਿਆਂ ਦੇ ਨਾਲ ਰਲ ਕੇ ਤੇਰੀ ਸ਼ਾਨ ਦੇ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਾਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਾਨਾ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਅਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਗੁਰਬਾਣੀ ਤੇਰੇ ਪਵਿੱਤਰ ਨਾਮ ਦੇ ਲਈ ਛਡਾਈ ਜਾਵੇ। ਇਸ ਲਈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੇ ਮਿਹਰ ਨਾਲ ਉਹੀ ਰੂਪ ਆਗ ਦੇ ਰਾਗੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰਨ ਜੋ ਅਸੀਂ ਤੇਰੀ ਪਾਕ ਖਜੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਫੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਮਦੇ ਸਦੀ ਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਗਤਿਆਂ ਵਾਸਤੇ ਗੁਨਾਹ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਫੇਰ ਹੈ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫੇਰ ਆਵੇਂਗਾ। ਇਸ ਲਈ ਪ੍ਰਭੂ ਅਸੀਂ ਤੇਰੇ ਬੇਟੇ ਦੇ ਮੁਕਤਗਾਰੀ ਦੁੱਖ ਭੋਗ ਉਸਦੇ ਜਲਾਲੀ ਜੀਵਨ ਦੇ ਸੁਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਵੀ ਜਿਉਂਦਿਆਂ ਦੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰਨ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ
ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਦੇ ਲਹੂ ਨਾਲ ਰਜਾਏ ਹੋਏ ਅਤੇ ਉਸਦੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਸ ਸਾਨੂੰ ਤੇਰੇ ਲਈ ਇੱਕ ਸਦੀਵੀ ਨਸਰਾਣਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਈਆਂ ਨਾਲ, ਖਾਸ ਕਰਕੇ ਥਨ ਕੁਵਾਰੀ ਮਰੀਅਮ ਖੁਦਾ ਦੀ ਮਾਮ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਥਨ ਰਸੂਲਾਂ ਤੇਜਸੀ ਸਹਿਦਾਮ ਸੰਤ ਮਹਾਨ ਗ੍ਰਿਗਰੀ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਹੇ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੂਡ ਮਿਲਾਪ ਦੀ ਇੱਕ ਕੁਰਬਾਨੀ ਸਭ ਦੁਨੀਆਂ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸੀਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਬਿਸ਼ਪ ਆਗਨਲੋ ਨੂੰ, ਕੁੱਲ ਦੁਨੀਆਂ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਇਮਾਨ ਦੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ, ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ, ਸੰਸਾਰ ਭਰ ਵਿੱਚ ਕਿਲ ਰਹੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਨਾਮ ਸਾਰੀਆਂ ਨੂੰ ਜਿਹੜੇ ਤੈਨੂੰ ਕੁਛ ਕਰਦੀਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਤੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰੱਖਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ, ਜਿਸ ਦੇ ਰਾਹੀ ਤੂੰ ਦੁਨੀਆਂ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸਦੇ ਰਾਹੀ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ, ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ, ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੂੰ ਸਦਾ ਤੀ ਕਰ। ਆਮੀਨ। ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯੇਸੂ ਨੇ ਸਾਨੂੰ ਸਿਖਾਇਆ ਹੈ, ਹੇ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਹੇ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਹੇ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਣਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਦੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈ,
ਸਦਾ ਤੂੰ ਸਦਾਤੀ ਕਰਨ ਆਮੇਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਅਸੀਂ ਆਪੋ ਵਿੱਚ ਸ਼ਾਂਤੀ ਦਾ ਨਿਸ਼ਾਨ ਦੇਈਏ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ ਅਲੇਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ ਦੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹਾਂ ਥਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ ਇਹ ਪ੍ਰਭੂ ਮੈਂ ਸਿਉਕ ਕਰਨੇ ਹਾਂ ਕਿ ਤੂੰ ਮੇਰੀ ਸ਼ਰਤ ਲਿਆਵੇਂ ਪਰ ਇੱਕ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ ਮਸੀਹ ਦਾ ਵਦਨ ਦੇ ਲਵੋ ਸਦੀਵੀ ਜੀਵਨ ਲਈ ਮੈਨੂੰ ਸੰਭਾਲ ਮੇਰਾ ਇੱਕ ਗੁਨਾਹ ਧੋ ਰਹੀ ਹੈ ਤੇਰੇ ਲਹੂ ਕੀ ਬੂੰਦੀ ਸੋ ਮੇਰਾ ਇੱਕ ਗੁਨਾਹ ਧੋ ਰਹੀ ਹੈ ਹਾਂ ਤੇਰੇ ਲਹੂ ਕੀ ਬੂੰਦੇ ਸੋ ਮੇਰਾ ਇੱਕ ਗੁਨਾਹ ਧੋ ਰਹੀ ਹੈ ਹਾਂ ਤੇਰੇ ਲਹੂ ਮੇਰਾ ਇੱਕ ਗੁਨਾਹ ਧੋ ਰਹੀ ਹੈ ਪਾਪੋਂ ਭਰੀ ਜ਼ਿੰਦਗੀ ਸੇ ਮੁਝੇ ਪਾਪੋਂ ਭਰੀ ਜ਼ਿੰਦਗੀ ਸੇ ਮੇਰੀ ਪਾਪੋਂ ਭਰੀ ਜ਼ਿੰਦਗੀ ਸੇ ਮੇਰੀ ਮੁਝਕੋ ਰਿਹਾ ਕਰ ਰਹੀ ਮੇਰਾ ਇੱਕ ਗੁਨਾਹ ਧੋ ਰਹੀ ਹੈ ਹਾਂ ਮੇਰੇ ਲਹੂ ਕੀ ਬੂੰਦੇ ਯਿਸੂ ਮੇਰਾ ਇੱਕ ਗੁਨਾਹ ਧੋ ਰਹੀ ਹੈ ਮਿਲ ਰਹੀ ਹੈ ਤੇਰੇ ਲਹੂ ਸੇ ਸ਼ਿਫਾ ਮਿਲ ਰਹੀ ਹੈ ਤੇਰੇ ਲਹੂ ਹਾਂ ਭਰ ਦੇ ਖੁਦਾਵੰ ਮੁਝੇ ਪਾਪ ਕਰੂ ਸੇ ਭਰ ਦੇ ਖੁਦਾਵੰ ਮੁਝੇ ਪਾਪ ਕਰੂ ਸੇ ਸ਼ੂਨੇ ਸੇ ਤੇਰੇ ਜ਼ਿੰਦਾ ਖੁਦਾ ਸ਼ੂਨੇ ਸੇ ਤੇਰੇ ਤੇਰੇ ਜ਼ਿੰਦਾ ਖੁਦਾ ਹਮ ਛੂਨੇ ਸੇ ਤੇਰੇ ਜ਼ਿੰਦਾ
रही है। हाँ तेरे लहू की बूंदे यीशु मेरा एक एक गुनाह धो रही है, मेरा एक एक गुनाह धो रही है, मेरा एक एक गुनाह धो रही है। ਅਸੀਂ ਪ੍ਰਾਰਥਨਾ ਕਰੀਏ। ਇਹ ਖੁਦਾ ਸਾਡੇ ਬਾਪ, ਤੂੰ ਜਿੰਦਾ ਰੋਟੀ ਯਿਸੂ ਮਸੀਹ ਨਾਲ ਸਾਨੂੰ ਰਜਾਈਆ ਹੈ, ਸਾਡੇ ਉਸ ਪ੍ਰਭੂ ਦੀ ਪਾਠਸ਼ਾਲਾ ਵਿੱਚ ਸਾਨੂੰ ਸਿੱਖਿਆ ਦੇ, ਤਾਂ ਜੋ ਪੋਪ ਮਹਾਨ ਸੰਤ ਗ੍ਰਿਗਰੀ ਦੇ ਨਮੂਨੇ ਉੱਤੇ ਚੱਲ ਕੇ ਅਸੀਂ ਤੇਰੀ ਸੱਚਾਈ ਨੂੰ ਜਾਣੀਏ ਅਤੇ ਫਰਾਵਾਂ ਵਾਲੇ ਪਿਆਰ ਦੀ ਗਵਾਹੀ ਦੇਈਏ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ, ਬੇਟਾ ਦੇ ਰੂਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੇਨ। ਮਸੀਹ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਯਾਦ ਕਰ ਅਨਹਾਇਤ ਮਿਹਰਬਾਨ ਕੁਆਰੀ ਮਰੀਮ, ਪਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਬਣਾ ਨਾ ਪਿਆ, ਤੇਰੀ ਮਦਦ ਚਾਹੁੰਦਾ, ਤੇਰੀ ਸਿਫਾਰਿਸ਼ ਮੰਗਦਾ, ਤੇ ਤੋਂ ਖਾਲੀ ਕਿਆ ਹੋਵੇ। ਐ ਕੁਆਰੀ ਕੁਆਰੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਜਾਂਦਾ ਹਾਂ ਅਤੇ ਤੇਰੇ ਕੇ ਖਲੋ ਕੇ ਮੈਂ ਗੁਨਾਹ ਹੀ ਰੋਂਦਾ ਹਾਂ। ਐ ਦੇਹ ਤਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਜਨ ਹੱਕੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਸਿਫਤਾਂ ਦੀਆਂ ਲੱਖਾਂ ਨੇ ਕਹਾਣੀ
ਅੱਖਾਂ ਨੇ ਕਹਾਣੀਆਂ ਜਗ ਜਾਣਦਾ ਲੱਖਾਂ ਨੇ